ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ 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 ਸਾਹਿਬ ਸਤਿਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਾਰਿਆਂ ਕੋਲ ਆਪੋ ਆਪਣਾ ਮਨ ਹੈ, ਮਨ ਨੂੰ ਜੋੜਨਾ ਕਰੀਏ। ਮਨ ਨਾਲ ਸਤਿਗੁਰਾਂ ਦੇ ਦਰ ਤੇ ਬੈਠਣਾ ਕਰੀਏ। ਇਸ ਮਨ ਨੂੰ ਲੈ ਕੇ ਮਨ ਨਹੀਂ ਬਹਿੰਦਾ, ਦੇਹ ਨੂੰ ਤਨ ਨੂੰ ਸਰੀਰ ਨੂੰ ਬੈਠਾ ਕੇ ਗੁਰੂ ਘਰ ਦੇ ਵਿੱਚ ਆਪ ਨਿਕਲ ਜਾਂਦਾ ਹੈ, ਭੱਜਾ ਫਿਰਦਾ ਹੈ ਸਾਰੇ ਸੰਸਾਰ ਦੇ ਵਿੱਚ। ਲੱਗਦਾ ਹੈ ਗੁਰਦੁਆਰਾ ਸਾਹਿਬ ਬੈਠਾ ਹੈ, ਸਾਧ ਸੰਗਤ ਵਿੱਚ ਬੈਠਾ ਹੈ, ਪਰ ਹੁੰਦਾ ਕੋਈ ਨਹੀਂ, ਨਿਕਲ ਜਾਂਦਾ ਹੈ ਇਸ ਦੇਹ ਵਿੱਚੋਂ, ਸਰੀਰ ਵਿੱਚੋਂ, ਤਨ ਵਿੱਚੋਂ। ਜਿੰਨੀ ਪਵਿੱਤਰ ਪਾਵਨ ਗੁਰਬਾਣੀ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਸਾਰੇ ਸਤਿਗੁਰਾਂ ਨੇ ਇਸ ਮਨ ਨੂੰ ਬੜਾ ਸਮਝਾਉਣਾ ਕੀਤਾ ਹੈ। ਮਨ ਰੇ ਸਮਝ, ਮੇਰੇ ਕੋਲ ਤੁਹਾਡੇ ਕੋਲ ਜਿੰਨੀਆਂ ਸੰਗਤਾਂ ਸਰਵਣ ਕਰ ਰਹੀਆਂ ਹਨ, ਸਭਨਾ ਦੇ ਕੋਲ ਆਪੋ ਆਪਣੇ ਮਨ ਹਨ, ਆਪੋ ਆਪਣੀ ਬੁੱਧ ਹੈ, ਆਪੋ ਆਪਣੀ ਬੁੱਧ ਹੈ ਜੇਤੀ। ਜਿੰਨੀ ਜਿੰਨੀ ਬੁੱਧ ਕਿਸੇ ਕੋਲ ਹੈ, ਮਤ ਹੈ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਭਿੰਨ ਭਿੰਨ ਵੱਖ ਵੱਖ ਤਰ੍ਹਾਂ ਦੀਆਂ ਸ਼ਕਲਾਂ ਸੂਰਤਾਂ ਮੂਰਤਾਂ ਵਾਲੇ ਦੁਨੀਆਂ ਦੇ ਲੋਕ ਆਪੋ ਆਪਣੀ ਬੁੱਧ ਅਨੁਸਾਰ ਵਰਣਨ ਪੈ ਕਰਦੇ ਹਨ ਰੱਬ ਨੂੰ, ਰੱਬ ਇਸ ਤਰ੍ਹਾਂ ਦਾ ਹੈ, ਰੱਬ ਇਸ ਤਰ੍ਹਾਂ ਦਾ ਹੈ, ਰੱਬ ਇਸ ਤਰ੍ਹਾਂ ਦਾ ਹੈ, ਰੱਬ ਨੂੰ ਇੰਜ ਪਾਈਦਾ ਹੈ, ਰੱਬ ਨੂੰ ਇੰਜ ਮਿਲੀਦਾ ਹੈ। ਆਪ ਆਪਣੀ ਬੁੱਧ ਹੈ ਜੇਤੀ, ਕਲਗੀਆਂ ਵਾਲੇ ਪਾਤਸ਼ਾਹ ਚੌਪਈ ਸਾਹਿਬ ਜੀ ਵਿੱਚ ਹੁਕਮ ਕਰਦੇ ਹਨ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਵੱਖ ਵੱਖ ਭਿੰਨ ਭਿੰਨ ਤਰ੍ਹਾਂ ਦੇ ਲੋਕ ਭਿੰਨ ਭਿੰਨ ਬੁੱਧ ਨਾਲ ਵਰਣਨ ਪੈ ਕਰਦੇ ਹਨ। ਬੜਾ ਖਿਲਾਰਾ ਪਿਆ ਹੋਇਆ ਹੈ, ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਰੱਬ ਇਸ ਤਰ੍ਹਾਂ ਮਿਲੇਗਾ, ਰੱਬ ਇਸ ਤਰ੍ਹਾਂ ਮਿਲੇਗਾ, ਰੱਬ ਇਸ ਤਰ੍ਹਾਂ ਮਿਲੇਗਾ। ਦੁਨੀਆਂ ਦੇ ਜੀਵ ਭਰਮ ਰਹੇ ਹਨ, ਭਰਮ ਵਿੱਚ ਫਿਰ ਰਹੇ ਹਨ।
ਪੂਰਾ ਜਗਤ ਹੀ ਭਰਮ ਵਿੱਚ ਭੁੱਲਿਆ ਪਿਆ ਹੈ। ਕਈਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਲੜ ਲਾ ਲਿਆ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਕਈਆਂ ਨੂੰ ਭੁਲਾ ਛੱਡਿਆ ਹੈ, ਇੱਕ ਭਰਮ ਭੁਲਾਏ ਇੱਕ ਭਗਤੀ ਲਾਏ ਤੇਰਾ ਖੇਲਾ ਪਾਰਾ ਜੀ। ਕਈ ਨਾਮ ਜਪ ਰਹੇ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਨਾਲ ਜੁੜੇ ਹੋਏ ਹਨ। ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹ ਰਹੇ ਹਨ। ਜੇ ਪੜ੍ਹਨੀ ਨਹੀਂ ਆਉਂਦੀ ਤਾਂ ਸੁਣ ਰਹੇ ਹਨ। ਦੋਵਾਂ ਦਾ ਫਲ ਇੱਕੋ ਜਿਹਾ ਹੈ, ਜਿਵੇਂ ਅੱਖਾਂ ਦੋ ਹਨ ਪਰ ਨਜ਼ਰ ਇੱਕੋ ਚੀਜ਼ ਆਉਂਦੀ ਹੈ। ਕੰਨ ਦੋ ਹਨ ਪਰ ਸੁਣਦਾ ਇੱਕੋ ਹੈ, ਆਵਾਜ਼ ਇੱਕੋ ਹੀ ਕੰਨਾਂ ਚ ਪੈਂਦੀ ਹੈ। ਨੇਤਰ ਦੀਦੇ ਦੋ ਹਨ ਪਰ ਸਾਹਮਣੇ ਪਈ ਹੋਈ ਵਸਤੂ ਜਿਹੜੀ ਹੈ ਉਹ ਇੱਕ ਹੀ ਦਿਸਦੀ ਹੈ। ਜਿਵੇਂ ਜਿਵੇਂ ਗੁਰਬਾਣੀ ਨੂੰ ਇਹ ਮਨ ਇਹਨਾਂ ਇੰਦਰੀਆਂ ਦੇ ਨਾਲ ਪੜ੍ਹਦਾ ਹੈ, ਕਿਉਂਕਿ ਆਪ ਤੇ ਪੜ੍ਹ ਨਹੀਂ ਸਕਦਾ, ਇਹਦੇ ਸਾਥੀ ਹਨ ਅੱਖਾਂ, ਆਪ ਤੇ ਸੁਣ ਨਹੀਂ ਸਕਦਾ, ਇਹਦੇ ਸਾਥੀ ਹਨ ਕੰਨ, ਆਪ ਤੇ ਜਾ ਨਹੀਂ ਸਕਦਾ ਗੁਰੂ ਘਰ ਵਿੱਚ, ਇਹਨੂੰ ਵਾਹਿਗੁਰੂ ਜੀ ਨੇ ਸਾਥ ਦਿੱਤਾ ਹੋਇਆ ਹੈ ਪੈਰਾਂ ਦਾ, ਉਹਨਾਂ ਨਾਲ ਚੱਲ ਕੇ ਜਾ ਸਕਦਾ ਹੈ, ਆਪ ਮੁਥਾਜ ਹੈ। ਇਸ ਸਰੀਰ ਦਾ, ਇਸ ਤਨ ਦਾ, ਇਸ ਦੇਹ ਦਾ, ਜੇ ਦੇਹ ਕੋਈ ਨਹੀਂ ਤੇ ਮਨ ਵੀ ਕਿਤੇ ਨਹੀਂ ਰਹਿ ਸਕਦਾ। ਇਹਨੂੰ ਲੋਕ ਭੂਤ ਪ੍ਰੇਤ ਕਹਿ ਦਿੰਦੇ ਹਨ। ਮੜੀਆਂ ਮਸਾਣਾਂ ਦੇ ਵਿੱਚ ਲੋਕ ਜਾਣ ਤੋਂ ਡਰਦੇ ਹਨ, ਕਿਉਂਕਿ ਜਿਹੜੇ ਉੱਥੇ ਮਨ ਫਿਰਦੇ ਹਨ ਉਹਨਾਂ ਦੇ ਕੋਲ ਦੇਹ ਕੋਈ ਨਹੀਂ, ਉਹਨਾਂ ਦੀ ਦੇਹ ਦੱਬ ਦਿੱਤੀ ਜਾਂਦੀ ਹੈ, ਸਾੜ ਦਿੱਤੀ ਜਾਂਦੀ ਹੈ। ਮਨ ਦੇ ਕੋਲ ਘਰ ਕੋਈ ਨਹੀਂ ਰਹਿਣ ਵਾਸਤੇ, ਲੋਕ ਫਿਰ ਡਰਦੇ ਹਨ। ਬੜਾ ਡਰ ਮਨ ਵਿੱਚ ਫਿਰ ਪਲ ਜਾਂਦਾ ਹੈ, ਕੋਈ ਨਹੀਂ ਜਾਂਦਾ ਮੜੀਆਂ ਮਸਾਣਾਂ ਵਿੱਚ। ਜੇ ਕੋਈ ਜਾਂਦਾ ਵੀ ਹੈ, ਕਿੰਨੀ ਕਿੰਨੀ ਵਾਰੀ ਆ ਕੇ ਨਹਾਉਂਦਾ ਹੈ, ਫਿਰ ਜਾ ਕੇ ਮਨ ਟਿਕਦਾ ਹੈ। ਜੇ ਤਨ ਨਹੀਂ ਤੇ ਮਨ ਵੀ ਹੋਮਲੈਸ ਹੈ, ਇਹਦਾ ਕੋਈ ਘਰ ਨਹੀਂ। ਤਨ ਹੈ ਤਾਂ ਮਨ ਦਾ ਘਰ ਹੈ। ਵਾਹਿਗੁਰੂ ਜੀ ਨੇ ਤਨ ਦੇ ਵਿੱਚ ਮਨ ਨੂੰ ਪਾ ਕੇ ਭੇਜਿਆ ਹੈ ਦੁਨੀਆਂ ਦੇ ਵਿੱਚ। ਮਨਾ ਜਿੱਥੇ ਵੀ ਜਾਵੇਂਗਾ ਤੈਨੂੰ ਗੁਰੂ ਮਿਲ ਜਾਣਗੇ, ਤੇਰੇ ਭਲੇ ਵਾਸਤੇ, ਤੈਨੂੰ ਰਾਹ ਦੱਸਣ ਵਾਸਤੇ
ਜਿਵੇਂ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਸਾਡੇ ਮਨ ਹਨ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਗੁਰੂ ਹਰ ਰਾਏ ਸਾਹਿਬ ਜੀ, ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ, ਧੰਨ ਧੰਨ ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਜੀ, ਧੰਨ ਧੰਨ ਇਸ ਵੇਲੇ ਪ੍ਰੈਜੈਂਟ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰਿਆਂ ਮਨਾਂ ਨੂੰ ਬਖਸ਼ਿਸ਼ ਕੀਤੇ ਹੋਏ ਹਨ, ਦਿੱਤੇ ਹੋਏ ਹਨ, ਪਰ ਸਾਡੇ ਮਨਾਂ ਨੂੰ ਵਾਹਿਗੁਰੂ ਕਿਰਪਾ ਕਰਨ, ਗੁਰੂ ਦੀ ਗੱਲ ਸੁਣਨ ਦੀ ਆਦਤ ਪੈ ਜਾਵੇ, ਸਮਝ ਪੈ ਜਾਵੇ, ਸੋਝੀ ਆ ਜਾਵੇ, ਇਸ ਮਨ ਦਾ ਭਲਾ ਹੋ ਜਾਵੇ, ਇਹ ਮਨ ਸੁਣ ਲਵੇ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਇਸ ਮਨ ਨੂੰ ਸਮਝ ਪੈ ਜਾਵੇ, ਮਨ ਰੇ ਸਮਝ ਕਵਨ ਮਤ ਲਾਗਾ, ਕਿਹਦੇ ਕੋਲ ਮਤ ਲਈ ਫਿਰਦਾ ਹੈ, ਹੋਰ ਮਤਾਂ ਸਾਰੀਆਂ ਦੁਨੀਆਂ ਨਾਲ ਜੋੜਨ ਵਾਲੀਆਂ ਹਨ, ਜਿੱਥੋਂ ਵੀ ਮਤ ਲਵੇਂਗਾ ਉਹ ਮਤ ਤੈਨੂੰ ਦੁਨੀਆਂ ਨਾਲ ਜੋੜੇਗੀ, ਜੇ ਗੁਰੂ ਕੋਲੋਂ ਮਤ ਲਵੇਂਗਾ ਉਹ ਤੈਨੂੰ ਦੁਨੀਆਂ ਨਾਲ ਵੀ ਉਹਨਾਂ ਕੁ ਜੋੜ ਰੱਖੇਗੀ ਜਿੰਨੀ ਜ਼ਰੂਰਤ ਹੈ ਤੈਨੂੰ ਤੇਰੇ ਕਰਤਾ ਪੁਰਖ ਜੀ ਨਾਲ, ਤੇਰੇ ਸਿਰਜਣਹਾਰ ਜੀ ਨਾਲ, ਤੇਰੇ ਵਾਹਿਗੁਰੂ ਜੀ ਨਾਲ ਜੋੜ ਦੇਵੇਗੀ। ਤੇਰੇ ਅੰਦਰ ਨਾਮ ਦਾ ਦੀਵਾ ਜਗਾ ਦੇਵੇਗੀ, ਤੇਰੀ ਰਸਨਾ ਆਖਿਆ ਕਰੇਗੀ ਸਤਨਾਮ ਸ੍ਰੀ ਵਾਹਿਗੁਰੂ, ਤੇ ਤੇਰੀ ਰਸਨਾ ਤੋਂ ਕੋਈ ਬੁਰਾ ਬੋਲ ਨਾ ਨਿਕਲੇਗਾ। ਤੇਰੀ ਰਸਨਾ ਕੜਛੀ ਵਾਂਗੂ ਹੈ, ਪਵਿੱਤਰ ਰਵੇਗੀ, ਇਹ ਰਸਨਾ ਨਾਲ ਕੋਈ ਗਾਲ ਕੱਢ ਦਿਓ, ਕੋਈ ਬੁਰਾ ਬੋਲ ਬੋਲ ਦਿਓ, ਇਹ ਕੜਛੀ ਜੂਠੀ ਹੋ ਜਾਂਦੀ ਹੈ, ਇਹ ਮੁੜ ਕੇ ਖੀਰ ਵਿੱਚ ਨਹੀਂ ਫਿਰ ਸਕਦੀ, ਦੁੱਧ ਵਿੱਚ ਨਹੀਂ ਫਿਰ ਸਕਦੀ, ਭਾਵ ਕਿ ਜੇ ਵਾਹਿਗੁਰੂ ਕਵੇਗੀ ਕਿਵੇਂ ਕਵੇਗੀ, ਇਹ ਤਾਂ ਝੂਠੀ ਹੋ ਗਈ, ਗਾਲਾਂ ਕੱਢ ਕੱਢ ਕੇ, ਬੁਰਾ ਬੋਲ ਬੋਲ ਕੇ, ਭੈੜੇ ਬੋਲ 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 ਕੇ, ਮੰਦਾ ਖਾ ਖਾ ਕੇ, ਨਾਨਕ ਨਾਉ ਖੁਦਾਏ ਕਾ, ਦਿਲ ਹੱਛੇ ਮੁੱਖ ਲਿਹੋ, ਚੰਗੇ ਮੁੱਖ ਨਾਲ ਜਿਵੇਂ ਮੰਦਰਾਂ ਨੂੰ ਸਾਫ ਰੱਖੀਦਾ ਹੈ, ਗੁਰੂ ਘਰਾਂ ਨੂੰ ਲੱਗੇ ਰਹੀਦਾ ਹੈ ਸੇਵਾ ਕਰਨ ਵਿੱਚ, ਸਤਿਗੁਰੂ ਜੀ ਕਹਿੰਦੇ ਹਨ ਆਪਣੇ ਮਨ ਮੰਦਰ ਨੂੰ ਵੀ ਸਾਫ ਕਰ, ਮਨ ਮੰਦਰ ਧਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ, ਆਪਣੇ ਘੱਟ ਨੂੰ ਆਪਣੇ ਘੱਟ ਹਾਟ ਨੂੰ ਕਹਿੰਦੇ ਹਨ, ਹਿਰਦੇ ਨੂੰ ਕਹਿੰਦੇ ਹਨ, ਦਿਲ ਨੂੰ ਕਹਿੰਦੇ ਹਨ, ਆਪਣੇ ਦਿਲ ਨੂੰ ਵੀ ਸਾਫ ਕਰਿਆ ਕਰ। ਜਿਵੇਂ ਗੁਰੂ ਘਰ ਵਿੱਚ ਸੇਵਾ ਕਰ ਕਰਕੇ ਪਵਿੱਤਰਤਾ ਕਾਇਮ ਕਰਦਾ ਹੈ, ਆਪਣੇ ਮਨ ਦੀ ਪਵਿੱਤਰਤਾ ਵੀ ਕਾਇਮ ਕਰ। ਪਵਿੱਤਰ 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 ਪੁਨੀਤ ਨਾਮ ਜਪੈ,
ਨਾਨਕ ਮਨ ਪ੍ਰੀਤ, ਪ੍ਰੀਤ ਲਾ ਕੇ ਮਨ ਲਾ ਕੇ ਨਾਮ ਜਪਿਆ ਕਰ, ਆਖਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਤੇਰਾ ਮਨ ਮੰਦਰ ਪਵਿੱਤਰ ਹੋ ਜਾਵੇਗਾ, ਸਾਫ ਹੋ ਜਾਵੇਗਾ। ਇਹਨਾਂ ਕੰਨਾਂ ਨਾਲ ਸੁਣ ਜਾਂ ਪੜ੍ਹ, ਇਹਨਾਂ ਅੱਖਾਂ ਦੇ ਨਾਲ, ਦੋਵਾਂ ਦਾ ਫਲ ਇੱਕੋ ਜਿਹਾ ਹੈ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਜਿਹੜੇ ਕਹਿਣ ਵਾਲੇ ਹਨ ਉਹ ਵੀ ਪਵਿੱਤਰ ਹਨ, ਸੁਣਨ ਵਾਲੇ ਵੀ ਪੁਨੀਤ ਹਨ, ਉਹਨਾਂ ਦਾ ਵੀ ਭਲਾ ਹੈ, ਉਹਨਾਂ ਦਾ ਵੀ ਭਲਾ ਹੈ। ਜਿਹੜੀ ਰਸਨਾ ਨਾਮ ਜਪਦੀ ਹੈ, ਸਤਨਾਮ ਸ੍ਰੀ ਵਾਹਿਗੁਰੂ, ਰਸਨਾ ਤਾਂ ਜਪੇਗੀ ਜੇ ਮਨ ਲੱਗੇਗਾ, ਮਨ ਦਾ ਧਿਆਨ ਜੁੜੇਗਾ ਵਾਹਿਗੁਰੂ ਜੀ ਦੇ ਨਾਲ। ਮਨ ਨਹੀਂ ਜੁੜਦਾ, ਮਨ ਚੰਚਲ ਬਹੁ ਚੋਟਾਂ ਖਾਵੇ, ਮਨ ਭੱਜਾ ਫਿਰਦਾ ਹੈ, ਮਨ ਨਹੀਂ ਟਿਕਦਾ। ਏਕ ਨਿਮਖ ਮਹਿ ਚਾਰ ਕੁੰਟ ਫਿਰ ਆਵੇ। ਇੱਕ ਨਿਮਖ ਵਿੱਚ, ਥੋੜੇ ਜਿਹੇ ਸਕਿੰਟਾਂ ਵਿੱਚ, ਚੌਵਾਂ ਕੁੰਟਾਂ ਵਿੱਚ ਘੁੰਮ ਕੇ ਆ ਕੇ ਫਿਰ ਵੜ ਜਾਂਦਾ ਹੈ ਸਰੀਰ ਦੇ ਵਿੱਚ। ਇਸ ਮਨ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ, ਬੜਾ ਸਮਝਾਇਆ ਹੈ। ਮਨ ਰੇ ਕਹਾਂ ਪਇਓ ਤੈ ਬੌਰਾ, ਕਿਉਂ ਬਾਂਬਰਾ ਹੋਇਆ, ਇਨਸੈਨ ਹੋਇਆ ਫਿਰਦਾ ਹੈ। ਅਹਿਨਸ ਔਦ, ਅਹਿਨਸ ਕਹਿੰਦੇ ਨੇ ਰਾਤ ਅਤੇ ਦਿਨ ਨੂੰ, ਜਿਵੇਂ ਤਰੀਕਾਂ ਬਦਲ ਜਾਂਦੀਆਂ ਹਨ, ਜਿਵੇਂ 12 ਵੱਜਦੇ ਹਨ ਡੇਟ ਬਦਲ ਜਾਂਦੀ ਹੈ। ਜੇ ਹੱਥਾਂ ਨਾਲ ਵੀ ਬਦਲਣੀ ਹੋਵੇ, ਆਪੋ ਆਪਣੇ ਦਫ਼ਤਰਾਂ ਵਿੱਚ ਆ ਕੇ ਲੋਕ ਜਿਹੜੇ ਹਨ, ਉਹ ਜਿਹੜਾ ਕਾਗਜ਼ ਹੁੰਦਾ ਹੈ ਜਿਹਦੇ 30-31 ਦਿਨ ਲਿਖੇ ਹੁੰਦੇ ਹਨ, ਉਹ ਚੇਂਜ ਕਰ ਦਿੰਦੇ ਹਨ। ਰਾਤ ਦਿਨ ਬੀਤ ਰਹੇ ਹਨ, ਉਮਰ ਵੀ ਨਾਲ ਨਾਲ ਘੱਟ ਰਹੀ ਹੈ। ਬੰਦਾ ਜਨਮ ਦਿਨ ਮਨਾਉਂਦਾ ਹੈ, ਪਰ ਨਹੀਂ ਸਮਝ ਪੈਂਦੀ ਇੰਨਾ ਸਮਾਂ ਤੇਰਾ ਚਲਾ ਗਿਆ ਜ਼ਿੰਦਗੀ ਦੇ ਵਿੱਚੋਂ। ਅਹਿਨਸ ਔਦ, ਔਦ ਉਮਰ ਨੂੰ ਕਹਿੰਦੇ ਹਨ, ਏਜ ਨੂੰ ਕਹਿੰਦੇ ਹਨ। ਅਹਿਨਸ ਔਦ ਘਟੈ ਨਹੀਂ ਜਾਣੈ, ਬੰਦਾ ਜਾਣਦਾ ਨਹੀਂ ਮੇਰੀ ਤਾਂ ਉਮਰ ਘਟ ਗਈ ਹੈ। ਜਨਨੀ ਜਾਣਤ, ਮਾਂ ਜੰਮਣ ਵਾਲੀ ਕਹਿੰਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਐ ਭੋਲੀਏ ਤੈਨੂੰ ਕੌਣ ਸਮਝਾਵੇ। ਇਤਨਾਕ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਇਹ ਦਿਨ ਤੇਰਾ ਤਾਂ ਜੋ ਜੋ ਵੀ ਦੁਨੀਆਂ ਤੇ ਆਇਆ ਹੈ ਉਹਨਾਂ ਦੀ ਉਮਰ ਨੂੰ ਘਟਾ ਰਹੀਆਂ ਹਨ। ਜੋ ਜੋ ਵੰਨਿਆ ਡੀਹੜਾ, ਮੇਰਾ ਖਿਆਲ ਹੈ ਬਾਬਾ ਫਰੀਦ ਜੀ ਦੇ ਸਲੋਕਾਂ ਦੇ ਵਿੱਚ, ਗੁਰਬਾਣੀ ਵਿੱਚ ਲਿਖਿਆ ਹੈ, ਫਰੀਦਾ ਜੋ ਜੋ ਵੰਨਿਆ ਡੀਹੜਾ, ਡੀਹੜਾ ਦਿਨ ਨੂੰ ਕਹਿੰਦੇ ਨੇ। ਸੋ ਉਮਰ ਹੱਥ ਪਵਨ, ਜਿਹੜਾ ਵੀ ਦਿਨ ਚੜ੍ਹਦਾ ਹੈ ਉਹ ਉਮਰ ਨੂੰ ਪੱਕੇ ਹੱਥ ਪਾ ਰਿਹਾ ਹੈ, ਪੱਕੇ ਹੱਥ ਪਾ ਰਿਹਾ ਹੈ। ਗੁਰੂ ਨਾਲ ਜੁੜ ਕੇ ਰਹਿਣਾ ਹੈ, ਜਿਹੜੇ ਜਿਹੜੇ ਮਨ ਗੁਰੂ ਨਾਲ ਜੁੜੇ ਰਹਿਣਗੇ,
ਉਹਨਾਂ ਦੀ ਦੇਹ ਵੀ ਸਫਲੀ ਹੋ ਜਾਵੇਗੀ। ਤਨ ਮਨ ਇਹਨਾਂ ਇਕੱਠਾ ਜੋੜ ਹੈ ਇਹਨਾਂ ਦੋਹਾਂ ਦਾ। ਜੇ ਤਨ ਨਹੀਂ ਤੇ ਮਨ ਨਹੀਂ, ਜੇ ਮਨ ਨਹੀਂ ਤੇ ਤਨ ਨਹੀਂ, ਜੇ ਤਨ ਨਹੀਂ ਤਾਂ ਮਨ ਨੂੰ ਕੋਈ ਥਾਂ ਨਹੀਂ ਰਹਿਣ ਦੀ, ਮਨ ਨੂੰ ਵੀ ਕੋਈ ਜਗ੍ਹਾ ਨਹੀਂ ਰਹਿਣ ਦੀ। ਤੇ ਜੇ ਮਨ ਨਹੀਂ, ਆ ਜਿਹੜੇ ਸਾਡੇ ਮਹਿਲ ਮਾੜੀਆਂ ਘਰ ਬਾਰ ਹਨ, ਤੇ ਤਨ ਨੂੰ ਵੀ ਕੋਈ ਨਹੀਂ ਰਹਿਣ ਦਿੰਦਾ, ਚੁੱਕ ਕੇ ਲੈ ਜਾਂਦੇ ਹਨ, ਸੁੱਟ ਆਉਂਦੇ ਹਨ, ਸਾਰਿਆਂ ਨੂੰ ਪਤਾ ਹੈ ਕਿੱਥੇ ਲੈ ਜਾਂਦੇ ਹਨ, ਤੀਲੇ ਤੋੜ ਕੇ ਆ ਜਾਂਦੇ ਹਨ। ਸਾਰੀ ਜ਼ਿੰਦਗੀ ਨਾਲ ਸਾਥ ਦਿੱਤਾ, ਮੇਰਾ ਦੋਸਤ ਸੀ, ਮੇਰਾ ਮਿੱਤਰ ਸੀ, ਮੇਰਾ ਪਿਆਰਾ ਸੀ, ਮੇਰਾ ਆਪਣਾ ਸੀ, ਲੇਕਿਨ ਇੰਨਾ ਵੀ ਵਿਸ਼ਵਾਸ ਨਾ ਰਿਹਾ, ਸੌ ਸੌ ਵਾਰੀ ਆ ਕੇ ਨਹਾਉਣਾ ਪਿਆ, ਕੱਪੜੇ ਬਦਲਣੇ ਪਏ। ਦਾਸ ਗੁਰੂ ਦਾ ਗ੍ਰੰਥੀ ਹੈ, ਕਈ ਵਾਰੀ ਤੇ ਕੱਪੜੇ ਸੁੱਟ ਦਿੰਦੇ ਹਨ, ਇਹ ਕੱਪੜੇ ਅਸੀਂ ਸ਼ਮਸ਼ਾਨ ਭੂਮੀ ਤੋਂ ਹੋ ਕੇ ਆਏ ਹਾਂ, ਵਗਾ ਮਾਰਦੇ ਹਨ ਕਿਤੇ ਦੂਰ ਜਗ੍ਹਾ ਤੇ। ਇੰਨਾ ਓਪਰਾ ਹੋ ਜਾਂਦਾ ਹੈ ਜਦੋਂ ਤਨ ਤੇ ਮਨ ਵਿਛੜ ਜਾਂਦੇ ਹਨ। ਪਹਿਲਾਂ ਪਹਿਲਾਂ ਨਾਮ ਜਪ ਲਓ ਸਤਿਗੁਰੂ ਜੀ ਦਾ, ਵਾਹਿਗੁਰੂ ਜੀ ਦਾ, ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਲਵੋ। ਗੁਰ ਮੁੱਖ ਬਣ ਜਾਓ, ਗੁਰੂ ਵੱਲ ਮੁਖੜਾ ਹੋਵੇ, ਆਦਤ ਪੈ ਜਾਵੇ ਮੈਂ ਗੁਰਦੁਆਰਾ ਸਾਹਿਬ ਜਾਣਾ ਹੈ, ਜਾ ਕੇ ਮੱਥਾ ਟੇਕਣਾ ਹੈ, ਫਿਰ ਆਪਣੇ ਕੰਮਾਂ ਕਾਰਾਂ ਤੇ ਜਾਣਾ ਹੈ। ਗੁਰੂ ਦੇ ਦਰਸ਼ਨਾਂ ਦੀ ਤਾਂਘ ਬਣ ਜਾਵੇ ਮਨ ਵਿੱਚ। ਤਾਂਘ ਕਹਿੰਦੇ ਨੇ ਇੱਛਾ ਪ੍ਰਗਟ ਹੋ ਜਾਵੇ ਮੇਰੇ ਸਤਿਗੁਰੂ ਜੀ ਦੇ, ਮੈਨੂੰ ਦਰਸ਼ਨ ਹੋ ਜਾਣ, ਮੇਰਾ ਦਿਨ ਸਾਰਾ ਸੁੱਖਾਂ ਨਾਲ ਲੰਘ ਜਾਵੇ। ਪਰ ਕਈ ਵਾਰੀ ਗੁਰੂ ਮਹਾਰਾਜ ਜੀ ਤੋਂ ਓਹਲੇ ਹੋ ਕੇ, ਦੂਰ ਹੋ ਕੇ ਮਨ ਮੁੱਖ ਬਣ ਜਾਂਦਾ ਹੈ। ਉਹਦੀ ਗੱਲ ਕਰ, ਉਹਦੀ ਗੱਲ ਕਰ, ਉਹਦੀ ਗੱਲ ਕਰ, ਆਪ ਫਿਰ ਲੁਕਦਾ ਫਿਰਦਾ ਰਹਿੰਦਾ ਹੈ। ਜੇ ਉਹਨੇ ਉਹਨੂੰ ਦੱਸ ਦਿੱਤਾ ਤੇ ਮੇਰਾ ਕੀ ਹਾਲ ਹੋਵੇਗਾ। ਰਹਿਤਨਾਮਿਆਂ ਵਿੱਚ ਵੀ ਹੁਕਮ ਹਨ, ਚੁਗਲੀ ਕਰ ਜੋ ਕਾਜ ਵਿਕਾਰ ਹੈ, ਤ੍ਰਿਗ ਤਿਸ ਜਨਮ ਜੋ ਧਰਮ ਵਿਸਾਰੇ। ਤ੍ਰਿਗ ਹੈ ਉਹਨੂੰ ਜਿਹੜਾ ਆਪਣਾ ਧਰਮ ਹੀ ਭੁੱਲ ਜਾਂਦਾ ਹੈ, ਮੈਂ ਤੇ ਗੁਰੂ ਕਾ ਸਿੱਖ ਹਾਂ, ਮੈਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਬਾਜਾਂ ਵਾਲਿਆਂ ਦਾ ਪਿਆਰਾ ਹਾਂ, ਮੈਂ ਤਾਂ ਪ੍ਰੇਮ ਕਰਨਾ ਹੈ ਆਪਣੇ ਸਤਿਗੁਰਾਂ ਨਾਲ, ਮੈਨੂੰ ਤੇ ਹੁਕਮ ਹੀ ਨਹੀਂ ਚੁਗਲੀ ਕਰਨ ਦਾ, ਨਿੰਦਾ ਕਰਨ ਦਾ। ਰਹਿਤਨਾਮੇ ਪੜ੍ਹਨਾ, ਚੁਗਲੀ ਕਰ ਜੋ ਕਾਜ ਵਿਗਾਰੇ, ਕਿਸੇ ਦਾ ਕੰਮ ਵਿਗਾੜ ਦੇਵੇ। ਤ੍ਰਿਗ ਤਿਸ ਜਨਮ ਜੋ ਧਰਮ ਵਿਸਾਰੇ,
ਤੈਨੂੰ ਆਪਣਾ ਧਰਮ ਹੀ ਭੁੱਲ ਗਿਆ ਮੈਂ ਤੇ ਗੁਰੂ ਦਾ ਸਿੱਖ ਹਾਂ, ਮੈਂ ਕੀ ਪਿਆ ਕਹਿੰਦਾ ਹਾਂ। ਦੁਖੀ ਹੁੰਦਾ ਹੈ ਜੇ ਮਨ ਮੁੱਖ ਬਣ ਜਾਵੇ, ਮਨ ਦੇ ਕਹੇ ਲੱਗ ਕੇ ਇਹੋ ਜਿਹੀਆਂ ਕਰਤੂਤਾਂ ਕਰਨ ਲੱਗ ਪਵੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪ੍ਰਚਾਰਾ ਕਰੇ ਦਿਨ ਰਾਤ। ਉਂਝ ਪ੍ਰਚਾਰ ਕਰਦਾ ਹੈ, ਬੜਾ ਗਿਆਨ ਦਿੰਦਾ ਹੈ, ਪਰ ਹਟਦਾ ਨਹੀਂ ਉਹਨਾਂ ਆਦਤਾਂ ਤੋਂ। ਪੌੜੀ ਅੱਠਵੀਂ ਹੈ, ਵਾਰ ਤੇਤੀਵੀਂ ਹੈ। ਇਹੋ ਜਿਹਾ ਜੀਵਨ ਸੱਪ ਵਰਗਾ ਜੀਵਨ ਹੈ। ਸੱਪ ਵਰਗਾ, ਸੱਪ ਵੀ ਇੱਕ ਮੂੰਹ ਵਾਲਾ ਨਹੀਂ, ਦੋ ਮੂੰਹ ਵਾਲਾ, ਕਿਉਂਕਿ ਜੂਨਾਂ ਵਿੱਚੋਂ ਸਭ ਤੋਂ ਮੰਦੀ ਜੂਨ ਸੱਪ ਦੀ ਹੈ। ਸੱਪਾਂ ਨੇ ਵੀ ਫਿਰ ਹਾਰ ਕੇ ਨਾਮ ਜਪਿਆ ਹੈ, ਸਹਿਸ ਫਨੀ ਸੇਖ ਅੰਤ ਨਾ ਜਾਣੈ। ਸੌ ਫਨਾਂ ਵਾਲਾ ਸੱਪ, ਉਹ ਵੀ ਵਾਹਿਗੁਰੂ 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 ਪਿਆ ਕਰਦਾ ਹੈ। ਇੰਨੀ ਮੰਦੀ ਜੂਨ ਹੈ, ਉਹ ਵੀ ਕਹਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਕਿਹੜੀ ਜੂਨ ਮਿਲ ਗਈ ਹੈ, ਮੈਨੂੰ ਬਖਸ਼ ਦਿਓ। ਸੱਪ ਜੂਨ ਦੇ ਸ਼ਬਦ ਲੱਭ ਲੈਣਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ। ਬਹੁਤਾ ਪੈਸੇ ਨਾਲ ਪਿਆਰ ਕਰੋ ਤਾਂ ਵੀ ਸੱਪ ਦੀ ਜੂਨ ਮਿਲਦੀ ਹੈ। ਅੰਤਕਾਲ, ਅੰਤਕਾਲ ਜਦੋਂ ਮਰਨ ਦਾ ਵੇਲਾ ਆਉਂਦਾ ਹੈ, ਦਮ ਨਿਕਲਦੇ ਹਨ, ਕਿਉਂਕਿ ਮਨ ਉੱਥੇ ਹੁੰਦਾ ਹੈ ਜਿੱਥੇ ਪੈਸਾ ਪਿਆ ਹੈ, ਜਿੱਥੇ ਸੋਨਾ ਪਿਆ ਹੈ, ਜਿੱਥੇ ਚਾਂਦੀ ਪਈ ਹੈ, ਮਨ ਉੱਥੇ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਹੁਕਮ ਕਰਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, ਅੰਤਕਾਲ ਕਾਲ ਕਹਿੰਦੇ ਨੇ ਟਾਈਮ ਨੂੰ, ਜਦੋਂ ਅੰਤਕਾਲ ਆ ਜਾਂਦਾ ਹੈ, ਟਾਈਮ ਆ ਜਾਂਦਾ ਹੈ, ਉਦੋਂ ਧਿਆਨ ਜੇ ਲਕਸ਼ਮੀ ਵੱਲ ਹੈ, ਪੈਸਿਆਂ ਵੱਲ ਹੈ, ਸੋਨੇ ਵੱਲ ਹੈ, ਅੰਤਕਾਲ ਜੋ ਲਕਸ਼ਮੀ ਸਿਮਰੈ, ਘਬਰਾਇਓ ਨਾ। ਮਾਇਆ ਨਾਲ, ਪੈਸੇ ਨਾਲ, ਲਕਸ਼ਮੀ ਨਾਲ ਉਹਨਾਂ ਕੁ ਪਿਆਰ ਕਰਨਾ ਹੈ ਜਿਹਦੇ ਨਾਲ ਤਨ ਨਿਰਵਾਹ ਮਾਤਰ ਸੋ ਲੇਵੇ, ਜਿਹਦੇ ਨਾਲ ਤਨ ਦਾ ਨਿਰਵਾਹ ਹੁੰਦਾ ਜਾਵੇ, ਪਰਿਵਾਰ ਦਾ ਨਿਰਵਾਹ ਹੁੰਦਾ ਜਾਵੇ। ਅਧਿਕ ਹੋਏ ਤਹ ਜਹ ਕਹਿ ਦੇਵੇ, ਰਹਿਤਨਾਮੇ ਪੜ੍ਹਨਾ। ਅੰਤਕਾਲ ਜੋ ਲਕਸ਼ਮੀ ਸਿਮਰੈ, ਮਾਇਆ ਨੇ ਤੇ ਵੱਡ ਵਡੇਰਿਆਂ ਦੇ ਕਾਜ ਵੀ ਪੂਰੇ ਨਹੀਂ ਕੀਤੇ, ਜਿਹੜੇ ਵੱਡੇ ਸਨ ਦਾਦੇ ਪੜਦਾਦੇ, ਗ੍ਰੇਟ 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 ਗ੍ਰੇਟ, ਉਹਨਾਂ ਦੀ ਵੀ ਇੱਛਾ ਸੀ ਧਨ ਜੋੜ ਲਈਏ, ਪਰ ਉਮਰ ਮੁੱਕ ਗਈ, ਉਮਰ ਮੁੱਕ ਗਈ, ਧਨ ਨਹੀਂ ਜੋੜਿਆ ਗਿਆ, ਇੱਛਾ ਪੂਰੀਆਂ ਨਹੀਂ ਹੋਈਆਂ।
ਪੜਿਆ ਕਰੋ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਵੱਡੇ ਵਡੇਰੇ ਕਰ ਕਰ ਮੂਏ, ਉਹ ਇਕੱਠਾ ਕਰ ਕਰਕੇ ਮੂਏ ਚਲੇ ਗਏ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਮਾਇਆ ਨੇ ਉਹਨਾਂ ਦੇ ਕਾਜ ਜਿਹੜੇ ਸੀ ਉਹ ਪੂਰੇ ਨਾ ਕੀਤੇ, ਉਮਰ ਮੁੱਕ ਗਈ। ਜੋੜਿਆ ਜੜਾਇਆ ਇੱਥੇ ਦੁਨੀਆਂ ਤੇ ਹੀ ਧਰਿਆ ਰਹਿ ਗਿਆ, ਮਾਲਕ ਹੋਰ ਬਣ ਗਏ। ਅੰਤ ਕਾਲ ਜੋ ਲਛਮੀ ਸਿਮਰੈ, ਅੰਤ ਵੇਲੇ ਜੇ ਮਾਇਆ ਵੱਲ ਧਿਆਨ ਹੋਵੇ, ਲਛਮੀ ਵੱਲ ਧਿਆਨ ਹੋਵੇ, ਪੈਸੇ ਵੱਲ ਧਿਆਨ ਹੋਵੇ, ਜੋੜੇ ਜੜਾਏ ਵੱਲ ਧਿਆਨ ਹੋਵੇ ਤੇ ਜਾਨ ਨਿਕਲ ਜਾਵੇ, ਮਰ ਜਾਵੇ। ਐਸੀ ਚਿੰਤਾ ਮਹਿ ਜੇ ਮਰੇ, ਸਰਪ ਜੋਨ ਵੱਲ ਵੱਲ ਆਉ ਤਰੇ, ਸਰਪ ਜੋਨ ਵੱਲ ਵੱਲ ਆਉ ਤਰੇ। ਆਉ ਤਰੇ ਕਹਿੰਦੇ ਨੇ ਬਾਰ ਬਾਰ ਅਵਤਾਰ ਲੈਂਦਾ ਹੈ, ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ, 84 ਦਾ ਸਾਈਕਲ ਚੱਲਦਾ ਰਹਿੰਦਾ ਹੈ। ਪਤਾ ਨਹੀਂ ਕਦੋਂ ਜਾ ਕੇ ਕਿਤੇ ਮਨੁੱਖਾ ਜਨਮ ਮਿਲੇ, ਧੰਨ ਗੁਰੂ ਨਾਨਕ ਸਾਹਿਬ ਜੀ ਮਿਲਣ, ਬਾਜਾਂ ਵਾਲੇ ਕਲਗੀਆਂ ਵਾਲੇ ਮਿਲਣ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਲਣ, ਗੁਰਬਾਣੀ ਦਾ ਸੋਝਲਾ ਚਾਨਣਾ ਹੋਵੇ, ਤਾਂ ਕਿਤੇ ਜਾ ਕੇ ਮੁੜ ਕੇ ਜੰਮਣਾ ਮਰਨਾ ਖਤਮ ਹੁੰਦਾ ਹੈ। ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ, ਫਿਰ ਕਾਲ ਦਾ ਕੋਈ ਵਸ ਨਹੀਂ ਚੱਲਦਾ। ਉਦਾਸ ਨਾ ਹੋਇਆ ਕਰੋ। ਜਦੋਂ ਇਹੋ ਜਿਹੇ ਬਚਨ ਕਦੀ ਕਦੀ ਆ ਜਾਂਦੇ ਹਨ, ਦਾਸਰਾ ਕਥਾ ਕਰਨ ਲੱਗ ਪੈਂਦਾ ਹੈ, ਕਿਉਂਕਿ ਸਮਾਂ ਐਸਾ ਆ ਗਿਆ ਹੈ। ਗਿਆਨੀ ਜੀ ਖੁਸ਼ੀ ਦੇ ਸ਼ਬਦ ਪੜਿਓ, ਖੁਸ਼ੀ ਦੇ ਸ਼ਬਦ ਪੜਿਓ, ਐਸਾ ਕੋਈ ਸ਼ਬਦ ਨਾ ਪੜਿਓ ਜਿਹਦੇ ਨਾਲ ਮਨ ਉਦਾਸ ਹੋ ਜਾਵੇ। ਉਮਰ ਬੀਤ ਗਈ ਹੈ ਗੁਰੂ ਘਰ ਵਿੱਚ ਰਹਿੰਦਿਆਂ ਰਹਿੰਦਿਆਂ, ਇਹ ਵਚਨ ਦਾਸਰਾ ਸੁਣਦਾ ਆਉਂਦਾ ਹੈ। ਪਰ ਮੈਂ ਕੀ ਕਰਾਂ, ਮੇਰਾ ਦਿਲ ਕਰਦਾ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਉੱਚਾ ਬੋਲ ਬੋਲ ਕੇ ਸੁਣਾਵਾਂ। ਕੋਈ ਮਨ ਤੇ ਸਮਝੇਗਾ ਨਾ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਕਰੋੜਾਂ ਵਿੱਚੋਂ ਕੋਈ ਹੁੰਦਾ ਹੈ ਜਿਹੜਾ ਸੁਣੇ, ਉਹਦਿਆਂ ਦੁੱਖਾਂ ਦਾ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਉਹਨਾਂ ਦੇ ਰੋਗ ਚਲੇ ਜਾਂਦੇ ਹਨ ਗੁਰਬਾਣੀ ਨੂੰ ਸੁਣ ਕੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਮੈਂ ਕੀ ਕਰਾਂ ਜੋ ਅੱਖਾਂ ਦੇ ਸਾਹਮਣੇ ਗੁਰੂ ਦੇ ਸ਼ਬਦ ਆ ਜਾਂਦੇ ਹਨ, ਕਥਾ ਕਰ ਦਿੰਦਾ ਹਾਂ ਜਿਵੇਂ ਸਤਿਗੁਰੂ ਕਰਾ ਦਿੰਦੇ ਹਨ। ਮੈਂ ਕੁਝ ਨਹੀਂ ਕਰ ਸਕਦਾ, ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਮਨ ਹਮਾਰੀ। ਮੈਂ ਕੀ ਕਰ ਸਕਦਾ ਹਾਂ, ਜਿਵੇਂ ਮਾਲਕ ਬੁਲਾਉਂਦੇ ਹਨ ਤਿਵੇਂ ਬੋਲ ਦਿੰਦਾ ਹਾਂ। ਸੱਪ ਦੀ ਜੂਨ ਸਾਰਿਆਂ ਤੋਂ ਮੰਦੀ ਕਹੀ ਗਈ ਹੈ, ਭੈੜੀ ਕਹੀ ਗਈ ਹੈ, ਮਾੜੀ ਕਹੀ ਗਈ ਹੈ, ਬੁਰੀ ਕਹੀ ਗਈ ਹੈ। ਬੰਦਾ ਵੀ ਬਹੁਤ ਡਰਦਾ ਹੈ ਸੱਪ ਤੋਂ, ਸੱਪ ਦਾ ਜੋੜ ਮਾਇਆ ਨਾਲ ਹੈ। ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ, ਸਰਪ ਜੋਨ ਵੱਲ ਵੱਲ ਆਉ ਤਰੇ। ਜੇ ਸੱਪ ਦੀ ਜੂਨ ਤੋਂ ਡਰ ਲੱਗਦਾ ਹੈ, ਸੱਪ ਤੋਂ ਡਰ ਲੱਗਦਾ ਹੈ, ਮਾਇਆ ਨਾਲ ਓਨਾ ਕੁ ਪਿਆਰ ਕਰਿਆ ਕਰ
ਜਿੰਨੇ ਨਾਲ ਤੇਰਾ ਨਿਰਵਾਹ ਹੋ ਜਾਵੇ, ਤੇਰਾ ਬਾਗ ਪਰਿਵਾਰ ਜਿਹੜਾ ਹੈ ਉਹ ਪਲਦਾ ਰਵੇ, ਤੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ, ਬਸ ਇੰਨਾ ਕੁ ਪਿਆਰ ਕਰਿਆ ਕਰ, ਫਿਰ ਬਚ ਜਾਵੇਂਗਾ। ਗੁਰੂ ਦੀ ਗੱਲ ਨੂੰ ਮੰਨ ਲਿਆ ਕਰ, ਕਿਸੇ ਦੀ ਗੱਲ ਨਾ ਕਰਿਆ ਕਰ, ਚੁਗਲੀ ਨਾ ਕਰਿਆ ਕਰ। ਚੁਗਲ ਨਿੰਦਕ ਭੁੱਖੇ ਰੁੱਲ ਮੂਏ, ਚੁਗਲ ਤੇ ਨਿੰਦਕ ਸਦਾ ਭੁੱਖੇ ਰੁੱਲ ਰੁੱਲ ਕੇ ਮਰਦੇ ਹਨ। ਉਹਨਾਂ ਨੂੰ ਘਰ ਇੱਕ ਰੋਟੀ ਦਾ ਟੁਕੜਾ ਵੀ ਨਹੀਂ ਮਿਲਦਾ, ਭੁੱਖੇ ਰੁੱਲ ਮੂਏ। ਉਮਰਾਂ ਰੁੱਲ ਰੁੱਲ ਕੇ ਹੀ ਮਰ ਜਾਂਦੀਆਂ ਹਨ, ਮੁੱਕ ਜਾਂਦੀਆਂ ਹਨ। ਉਹ ਦੇਹਾਂ, ਉਹ ਤਨ, ਉਹ ਸਰੀਰ ਜਿਹੜੇ ਚੁਗਲੀਆਂ ਨਿੰਦਿਆ ਵਿੱਚ ਪਏ ਰਹਿੰਦੇ ਹਨ, ਗੁਰਬਾਣੀ ਵਿੱਚੋਂ ਲੱਭ ਲੈਣਾ। ਅੱਜ ਕੱਲ੍ਹ ਬੱਚੇ 4 ਅੱਖਰ ਪਾ ਕੇ ਝੱਟ ਸ਼ਬਦ ਲੱਭ ਲੈਂਦੇ ਹਨ, ਦਰਸ਼ਨ ਕਰ ਲੈਂਦੇ ਹਨ ਸ਼ਬਦ ਦੇ। ਚੁਗਲ ਨਿੰਦਕ ਭੁੱਖੇ ਰੁੱਲ ਮੂਏ, ਉਹਨਾਂ ਹੱਥ ਨਾ ਕਿਥੋਂ ਪਾਏ। ਉਹਨਾਂ ਦਾ ਹੱਥ ਕਿਤੇ ਨਹੀਂ ਪੈਂਦਾ, ਨਾ ਕੋਈ ਉਹਨਾਂ ਤੇ ਭਰੋਸਾ ਕਰਦਾ ਹੈ। ਅਰੜਾਵੇ ਬਿਲ ਲਾਵੇ ਨਿੰਦਕ, ਕਿਉਂਕਿ ਉਹਨਾਂ ਨੂੰ ਪਾਰ ਬ੍ਰਹਮ ਭੁੱਲ ਜਾਂਦਾ ਹੈ ਤਾਂ ਨਿੰਦਿਆ ਕਰਦੇ ਹਨ। ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੇ ਨਿੰਦਕ। ਤਾਂ ਉੱਥੇ ਕਬੀਰ ਸਾਹਿਬ ਨੇ ਆਖਿਆ ਹੈ, ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਆਪ ਸ਼ਬਦ ਪੜ੍ਹਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚੋਂ। ਦੁਖੀਆ ਦੁਸ਼ਟ ਦੁਬਾਜਰਾ, ਇਧਰ ਦੀ ਗੱਲ ਉਧਰ। ਸੱਪ ਤੇ ਇੱਕ ਮੂੰਹ ਵਾਲਾ ਹੁੰਦਾ ਹੈ, ਪਰ ਕਈ ਸੱਪ ਦੋ ਮੂੰਹ ਵਾਲੇ ਹੁੰਦੇ ਹਨ, ਬੜੇ ਭੈੜੇ ਹੁੰਦੇ ਹਨ, ਬੜੇ ਮਾੜੇ ਹੁੰਦੇ ਹਨ। ਬੜੀ ਮੰਦੀ ਉਹਨਾਂ ਦੀ ਜੋਨ ਹੈ ਜਿਨ੍ਹਾਂ ਦੇ ਦੋ ਮੂੰਹ ਹਨ। ਦੁਬਾਜਰੇ ਹਨ, ਬੰਦੇ ਤੇ ਬੰਦੀ ਨੂੰ ਸਮਝਾਉਂਦੇ ਹਨ ਕਿ ਦੋ ਮੂੰਹ ਕਦੀ ਨਹੀਂ ਬਣਨਾ। ਉਧਰ ਵੀ ਗੱਲ ਨਹੀਂ ਕਰਨੀ, ਉਧਰ ਦੀ ਗੱਲ ਉਧਰ ਨਹੀਂ ਕਰਨੀ, ਕਰਨੀ ਜੇ ਉਧਰ ਵੀ ਕਰ ਦਿੱਤੀ, ਉਧਰ ਵੀ ਕਰ ਦਿੱਤੀ, ਉਧਰ ਚੁਗਲੀ ਲਾ ਦਿੱਤੀ, ਉਧਰ ਚੁਗਲੀ ਲਾ ਦਿੱਤੀ, ਫਿਰ ਤੇਰੇ ਮਨੁੱਖ ਜਨਮ ਦਾ ਕੋਈ ਫਾਇਦਾ ਨਹੀਂ, ਤੂੰ ਫਿਰ ਸੱਪ ਜੂਨ ਵਿੱਚ ਹੈ। ਦੇ ਤੇਰੇ ਕੋਲ ਮਨੁੱਖਾ ਹੈ, ਪਰ ਤੇਰੇ ਬੋਲ ਜਿਹੜੇ ਹਨ ਉਹ ਸੱਪਾਂ ਵਾਲੇ ਹਨ। ਦੋ ਪਾਸੇ ਲੜਾਈਆਂ ਕਰਵਾਉਂਦੇ ਹਨ, ਦੋ ਪਾਸੇ ਚੁਗਲੀਆਂ ਕਰਦੇ ਹਨ। ਤੂੰ ਦੁਬਾਜਰਾ ਹੈ, ਡਿਊਲ ਹੈ, ਦੋ ਪਾਸੇ ਚੱਲਦਾ ਹੈ। ਤੂੰ ਦਮੂਹਾ ਸੱਪ ਹੈ, ਸਮਝਾਉਂਦੇ ਹਨ ਗੁਰੂ ਦੇ। ਲੜ ਲੱਗ ਜਾ, ਤੈਨੂੰ ਸਮਝ ਪੈ ਜਾਵੇਗੀ, ਤੂੰ ਹਟ ਜਾਵੇਂਗਾ ਇੱਧਰ ਉੱਧਰ ਗੱਲ ਕਰਨ ਤੋਂ। ਨਹੀਂ ਤਾਂ ਦੁਖੀਆ ਦੁਸ਼ਟ ਦੁਬਾਜਰਾ, ਦੁਸ਼ਟ ਬਣ ਜਾਵੇਂਗਾ, ਦੁਬਾਜਰਾ ਬਣ ਜਾਵੇਂਗਾ, ਸੱਪ ਬਣ ਜਾਵੇਂਗਾ। ਦੇਹ ਤੇ ਤੇਰੇ ਕੋਲ ਮਨੁੱਖਾ ਹੈ, ਪਰ ਕਰਮ ਤੇਰਾ ਸੱਪ ਵਾਲਾ ਹੋ ਜਾਵੇਗਾ। ਕਦੀ ਵੀ ਦੋ ਪਾਸੇ ਚੁਗਲੀਆਂ ਨਾ ਕਰਿਆ ਕਰ। ਦੁਖੀਆ ਦੁਸ਼ਟ ਦੁਬਾਜਰਾ, ਪੌੜੀ 8ਵੀਂ ਹੈ, ਵਾਰ 33ਵੀਂ ਹੈ, 33। ਸੱਪ ਦਮੂਹਾ ਬੁਰਾ, ਬੁਰਿਆਈ ਵਾਹਿਗੁਰੂ ਵਾਹਿਗੁਰੂ। ਰਸਨਾ ਨਾਲ ਨਾਮ ਜਪਣਾ ਹੈ, ਇੱਧਰ ਦੀ ਗੱਲ ਉਧਰ ਨਹੀਂ ਕਰਨੀ, ਉਧਰ ਦੀ ਗੱਲ ਇੱਧਰ ਨਹੀਂ ਕਰਨੀ। ਨਹੀਂ ਤਾਂ ਇਹ ਜੂਨ ਸੱਪ ਵਾਲੀ ਮੰਦੀ ਜੂਨ ਵਾਲੇ
ਇਹ ਮਨਮੁਖ ਦੁਬਾਜਰਾ ਕਰਮ ਕਰਦਾ ਹੈ, ਬੜਾ ਦੁਖੀ ਹੋਵੇਗਾ। ਸਭ ਤੋਂ ਮੰਦੀ ਸੱਪ ਜੂਨ, ਸਭ ਤੋਂ ਮੰਦੀ ਸੱਪ ਜੂਨ, ਸਾਰਿਆਂ ਤੋਂ ਮਾੜੀ ਹੈ ਸੱਪ ਦੀ ਜੂਨ। ਸੱਪਾਂ ਵਿੱਚ ਕੋ ਜਾਤ ਕੋ ਭਾਈ, ਇਹ ਦੋ ਮੂੰਹਾਂ ਸੱਪ ਕੋ ਜਾਤ ਹੈ, ਖੋਟੇ ਮਨ ਵਾਲਾ ਹੈ, ਇਹ ਦੋ ਪਾਸੇ ਚੱਲਦਾ ਹੈ, ਇਹ ਦੋ ਪਾਸੇ ਚੱਲਦਾ ਹੈ। ਸਭ ਤੋਂ ਮੰਦੀ ਸੱਪ ਜੂਨ, ਸੱਪ ਜੂਨ ਸਾਰਿਆਂ ਤੋਂ ਮੰਦੀ ਹੈ, ਪਰ ਜਿਸ ਸੱਪ ਦੇ ਦੋ ਮੂੰਹ ਹੋਣ, ਜਿਸ ਬੰਦੇ ਦੇ ਦੋ ਮੂੰਹ ਤੇ ਇੱਕੋ ਹੈ ਪਰ ਸੱਪ ਵਾਲਾ ਕੰਮ ਕਰਦਾ ਹੈ, ਉਧਰ ਵੀ ਕਹਿੰਦਾ ਹੈ ਕੋਈ ਗੱਲ, ਉਧਰ ਵੀ ਕਹਿੰਦਾ ਹੈ ਕੋਈ ਗੱਲ, ਇਹ ਕੰਮ ਸੱਪ ਦਾ ਹੈ। ਸੱਪ ਵੀ ਕਿਹੜਾ ਜਿਹੜਾ ਦੋ ਮੂੰਹਾਂ ਹੁੰਦਾ ਹੈ, ਡੇਂਜਰਸ ਹੁੰਦਾ ਹੈ, ਮਾੜਾ ਹੁੰਦਾ ਹੈ। ਆਪ ਪੜ੍ਹਨਾ ਮਨਮੁਖ ਸਰਪ ਪੌੜੀ ਅੱਠਵੀਂ ਵਾਰ 33ਵੀਂ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀ। ਐ ਬੰਦਿਆ ਐ ਬੰਦੀ ਡਰ, ਇਹ ਸੱਪ ਦੀ ਜੂਨ ਬਹੁਤ ਮੰਦੀ ਹੈ, ਸੱਪ ਵਾਲੇ ਕਰਮ ਨਾ ਕਰਿਆ ਕਰ। ਤੇਰਾ ਜਨਮ ਮਾਨਸ ਜਨਮ ਹੈ, ਬੜਾ ਦੁਰਲਭ ਜਨਮ ਹੈ ਕਬੀਰ, ਮਾਨਸ ਜਨਮ ਦੁਰਲਭ ਹੈ, ਹੋਤ ਨਾ ਬਾਰੰ ਬਾਰੇ ਮੁੜ ਕੇ ਨੇ ਮਿਲਣਾ, ਨਾਮ ਜਪਿਆ ਕਰ, ਗੁਰੂ ਘਰ ਜਾਇਆ ਕਰ ਮੁੜ ਮੁੜ ਕੇ। ਦੋ ਪਾਸੇ ਜਾਣਾ ਵੀ ਹੈ ਤੇ ਗੁਰੂ ਘਰਾਂ ਵਿੱਚ ਚਲਾ ਜਾਇਆ ਕਰ, ਇੱਥੇ ਵੀ ਮੱਥਾ ਟੇਕ ਲਿਆ, ਜੇ ਅੱਗੇ ਗੁਰੂ ਘਰ ਹੈ ਉੱਥੇ ਵੀ ਜਾ ਕੇ ਮੱਥਾ ਟੇਕ ਲਿਆ ਕਰ, ਪਰ ਦੋ ਮੂੰਹਾਂ ਸੱਪ ਬਣ ਕੇ ਲੋਕਾਂ ਦੇ ਘਰ ਨਾ ਬਰਬਾਦ ਕਰਿਆ ਕਰ, ਲੜਾਈਆਂ ਝਗੜੇ ਨਾ ਪਵਾਇਆ ਕਰ। ਸਭ ਤੋਂ ਮੰਦੀ ਸੱਪ ਜੋਨ, ਸੱਪਾਂ ਵਿੱਚ ਕੋ ਜਾਤ ਕੋ ਭਾਈ, ਸੱਪਾਂ ਸਾਰਿਆਂ ਦੇ ਵਿੱਚੋਂ ਸੱਪ ਵੀ ਨਾਮ ਜਪਦੇ ਹਨ, ਜਿਹੜੇ ਜਿਹੜੇ ਸੱਪ ਨਾਮ ਜਪਦੇ ਹਨ ਗੁਰਬਾਣੀ ਵਿੱਚੋਂ ਪੜਿਆ ਕਰੋ। ਆਪ ਵੀ ਗੁਰਸੁੱਖ ਹੋ, ਗੁਰੂ ਦੇ ਪਿਆਰੇ ਹੋ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਸੇਵਕ ਹੋ, ਆਪ ਵੀ ਲੱਭਿਆ ਕਰੋ ਕਿੱਥੇ ਲਿਖਿਆ ਹੋਵੇਗਾ। ਜਦੋਂ ਲੱਭਣ ਲੱਗੋਗੇ ਆਪਣੇ ਆਪ ਗੁਰਬਾਣੀ ਪੜੋਗੇ, ਆਪਣੇ ਆਪ ਸ਼ਬਦ ਪੜੋਗੇ, ਆਪਣੇ ਆਪ ਪਾਠ ਪੜਿਆ ਕਰੋਗੇ, ਪੜ੍ਹਦਿਆਂ ਪੜ੍ਹਦਿਆਂ ਉਹ ਸ਼ਬਦ ਆ ਜਾਣਗੇ, ਇਸੇ ਬਹਾਨੇ ਮਨ ਜੁੜ ਜਾਏਗਾ ਗੁਰਬਾਣੀ ਨਾਲ, ਆਦਤ ਪੈ ਜਾਏਗੀ ਗੁਰਬਾਣੀ ਨੂੰ ਪੜ੍ਹਨ ਦੀ। ਇਹ ਕੁਜਾਤ ਹੈ ਜੋ ਦੋ ਮੂੰਹਾਂ ਸੱਪ ਹੈ, ਉਹ ਕੁਜਾਤ ਹੈ ਬੰਦਾ ਜੋ ਦੋ ਮੂੰਹੀ ਗੱਲ ਕਰਦਾ ਹੈ। ਕੋੜੀ ਹੋਆ ਗੋਪ ਗੁਰ, ਗੋਪ ਕਹਿੰਦੇ ਨੇ ਉਹ ਕੋੜੀ ਤਾਂ ਹੋ ਜਾਂਦਾ ਹੈ ਇਹੋ ਜਿਹਾ ਬੰਦਾ, ਇਹੋ ਜਿਹਾ ਸੱਪ ਜਿਹਨੇ ਆਪਣੇ ਗੁਰੂ ਨੂੰ ਭੁਲਾ ਦਿੱਤਾ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਓਹਲੇ ਕਰ ਦਿੱਤਾ, ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਜੀ ਨੂੰ ਓਹਲੇ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਓਹਲੇ ਕਰ ਦਿੱਤਾ, ਆਪਣੇ ਰੱਬ ਨੂੰ ਇੱਕ ਓਅੰਕਾਰ ਜੀ ਨੂੰ ਵਾਹਿਗੁਰੂ ਜੀ ਨੂੰ ਓਹਲੇ ਕਰ ਦਿੱਤਾ ਕਿ ਰੱਬ ਤੇ ਹੈ ਹੀ ਨਹੀਂ। ਇਸ ਕਰਕੇ
ਇਹੋ ਜਿਹੀਆਂ ਜੂਨਾਂ ਫਿਰ ਮਿਲਦੀਆਂ ਹਨ ਦੋ ਮੂੰਹੇ ਸੱਪ ਵਾਲੀਆਂ। ਕਦੀ ਵੀ ਆਪਣੇ ਗੁਰੂ ਨੂੰ ਛਪਾਉਣਾ ਨਹੀਂ। ਜੇ ਸਿੱਖ ਹੈ ਤੇ ਡਟ ਕੇ ਕਹਿਣਾ ਹੈ ਮੇਰੇ ਧੰਨ ਗੁਰੂ ਨਾਨਕ ਮੇਰੇ ਸਤਿਗੁਰੂ ਹਨ, ਮੇਰੇ ਕਲਗੀਆਂ ਵਾਲੇ ਮੇਰੇ ਸਤਿਗੁਰੂ ਹਨ, ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਸਤਿਗੁਰੂ ਹਨ। ਦਰ ਦਰ ਤੇ ਨਹੀਂ ਫਿਰਨਾ, ਆਪਣੇ ਗੁਰੂ ਨਾਲ ਪਿਆਰ ਕਰਨਾ ਹੈ, ਜ਼ਿੰਦਗੀ ਸਵਰ ਜਾਵੇਗੀ। ਆ ਸੱਪ ਸੁੱਪ ਵਾਲੇ ਜਿਹੜੇ ਕਰਮ ਹਨ, ਇੱਧਰ ਉੱਧਰ ਦੀਆਂ ਗੱਲਾਂ, ਇਹ ਸਾਰੀਆਂ ਗੁਰੂ ਘਰ ਵਿੱਚ ਆ ਕੇ ਸਾਧ ਸੰਗਤ ਵਿੱਚ ਆ ਕੇ ਇਹ ਕੰਟਰੋਲ ਹੋ ਜਾਣਗੀਆਂ, ਇਹਨਾਂ ਤੋਂ ਛੁਟਕਾਰਾ ਹੋ ਜਾਵੇਗਾ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ, ਉਹਨ ਲਾਹਾ ਮੂਲ ਸਭ ਗਵਾਇਆ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲੱਭ ਲੈਣਾ, ਪੜ੍ਹ ਲੈਣਾ। ਕੋੜੀ ਹੋਵੇ ਲੜੈ ਜਿਸ, ਇਹ ਦੋ ਮੂੰਹਾਂ ਸੱਪ ਜਿਹਨੂੰ ਵੀ ਲੜਦਾ, ਜਿਹਦੇ ਘਰ ਵੀ ਜਾ ਕੇ ਅੱਗ ਲਾ ਕੇ ਆ ਜਾਂਦਾ ਹੈ, ਜ਼ਹਿਰ ਸੁੱਟ ਕੇ ਆ ਜਾਂਦਾ ਹੈ, ਉਹਨਾਂ ਲੋਕਾਂ ਨੂੰ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਤੜਫਾ ਲੱਗਾ ਰਹਿੰਦਾ ਹੈ, ਐਵੇਂ ਜਾ ਕੇ ਗੱਲ ਕਰਕੇ ਉਹਨਾਂ ਦਾ ਸੁੱਖ ਸ਼ਾਂਤੀ ਵਾਲਾ ਘਰ ਉਜਾੜ ਕੇ ਆ ਜਾਂਦਾ ਹੈ। ਇਹ ਦੋ ਮੂੰਹਾਂ ਸੱਪ ਜੋ ਮਨਮੁੱਖ ਹੈ। ਕੋੜੀ ਹੋਵੇ ਲੜੈ ਵਿਗੜ, ਵਾਹਿਗੁਰੂ ਰੂਪ ਹੋਏ ਮਰ ਸਹਿਮਾਈ, ਜਿਹਨੂੰ ਵੀ ਲੜਦਾ ਹੈ, ਜਿਹਦੇ ਘਰ ਵੀ, ਜੇ ਜਿਸ ਜਗ੍ਹਾ ਵੀ ਜਾ ਕੇ, ਇਹ ਹੈ ਤੇ ਮਨੁੱਖ ਪਰ ਮਨਮੁੱਖ ਬਣ ਕੇ ਦੋ ਮੂੰਹੇ ਸੱਪ ਵਾਲੀ ਗੱਲ ਕਰਦਾ ਹੈ। ਜ਼ਹਿਰ ਬਿਖ ਉਗਲ ਆਉਂਦਾ ਹੈ, ਬਿਖ ਖਾਵੇ, ਬਿਖ ਬੋਲੀ ਬੋਲੇ, ਬਿਖ ਵਾਲੀਆਂ ਜ਼ਹਿਰ ਵਾਲੀਆਂ ਬੋਲੀਆਂ ਬੋਲਦਾ ਹੈ। ਕੌਮਾਂ ਵਿੱਚ ਲੜਾਈ, ਘਰਾਂ ਵਿੱਚ ਲੜਾਈ, ਸਭਨਾਂ ਥਾਵਾਂ ਤੇ ਲੜਾਈ ਹੀ ਲੜਾਈ ਪਵਾ ਦਿੰਦਾ ਹੈ। ਐਸਾ ਹੈ ਇਹ ਮਨਮੁੱਖ ਸਰਪ। ਪੌੜੀ ਅੱਠਵੀਂ ਵਾਰ ਤੇਤੀਵੀਂ, ਸਤਿਗੁਰੂ ਜੀ ਸਾਰੀ ਪਾਵਨ ਗੁਰਬਾਣੀ ਵਿੱਚ ਆਖਦੇ ਹਨ, ਮਨਾ ਨਾਮ ਜਪ, ਮਨਾ ਗੁਰਬਾਣੀ ਪੜ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਮਨ ਮੁੱਖ ਸੱਪ ਨਹੀਂ ਬਣਨਾ। ਗੁਰਮੁਖ ਮਨ ਮੁੱਖ ਬਾਹਰਾ, ਲਾਤੋ ਲਾਵਾ ਲਾਏ ਬੁਝਾਈ। ਮਨ ਮੁੱਖ ਦਮੂਹੇ ਸੱਪ ਹਨ, ਦਮੂਹੇ ਦਾ ਭਾਵ ਟੂ ਫੇਸ, ਦੋ ਮੂੰਹ ਹਨ ਉਹਨਾਂ ਦੇ, ਜਿੱਥੇ ਜਾਂਦੇ ਹਨ ਉਧਰ ਉਹਨਾਂ ਦੀ ਗੱਲ ਕਰਨ ਲੱਗ ਪੈਂਦੇ ਹਨ, ਜੇ ਦੂਜੇ ਪਾਸੇ ਜਾਂਦੇ ਹਨ ਉਹਨਾਂ ਦੀ ਗੱਲ ਕਰਨ ਲੱਗ ਪੈਂਦੇ ਹਨ, ਸੱਚ ਤੋਂ ਦੂਰ ਹੋ ਜਾਂਦੇ ਹਨ। ਦੋ ਮੂੰਹੇ ਸੱਪ ਨਹੀਂ ਬਣਨਾ। ਮਨੁੱਖਾ ਜਨਮ ਬੜਾ ਪਵਿੱਤਰ ਹੈ, ਬੜਾ ਦੁਰਲੱਭ ਹੈ। ਲੱਖ 84 ਜੋਨ ਵਿੱਚ ਉੱਤਮ ਜਨਮ, ਸੋ ਮਾਨਸ ਦੇ ਹੀ, ਇਹ ਮਾਨਸ ਦੇ ਬੜੀ ਨਿਰਮੋਲ ਹੈ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕੈ। ਗੁਰੂ ਦੀ ਸ਼ਰਨ ਵਿੱਚ ਆਇਆ, ਇਹ ਜਨਮ ਸਫਲਾ ਹੋ ਜਾਂਦਾ ਹੈ। ਬੜਾ ਅਨਮੋਲ ਜਨਮ ਹੈ, ਅਨਮੋਲ ਕੀਮਤੀ ਨੂੰ ਕਹਿੰਦੇ ਹਨ। ਜਿਹੜਾ ਬੰਦਾ ਮਨ ਮੁੱਖ ਬਣ ਕੇ, ਸਰਪ ਬਣ ਕੇ ਗਵਾ ਦਿੰਦਾ ਹੈ,
ਪੂਰੀ ਦੁਨੀਆ ਦੇ ਵਿੱਚ ਬਹੁਤ ਵਿਰਲੇ ਲੋਕ ਹਨ ਜੋ ਬਚੇ ਹੋਏ ਹਨ, ਉਹੀ ਉਹ ਬਚੇ ਹੋਏ ਹਨ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਮੰਨਦੇ ਹਨ। ਇਹ ਗੁਰਮੁਖ ਤਾਈ ਤੋਂ ਬਾਹਰਾ ਹਨ ਜਿਹੜੇ ਮਨਮੁਖ ਸੱਪ ਹਨ, ਲਾਤੋ ਲਾਵਾ ਲਾਏ ਬੁਝਾਈ, ਲਾਉਣ ਬੁਝਾਉਣ ਤੇ ਹੀ ਲੱਗੇ ਰਹਿੰਦੇ ਹਨ। ਵਾਹਿਗੁਰੂ ਆਪ ਪੜ੍ਹਨਾ ਬਾਰ ਬਾਰ ਦਾ ਸਰਾਖ ਰਿਹਾ ਹੈ, ਪੌੜੀ ਅੱਠਵੀਂ ਹੈ, ਵਾਰ 33ਵੀਂ ਹੈ, ਤਾਂ ਕਿ ਤੁਹਾਡੇ ਮਨ ਵਿੱਚ ਕੋਈ ਪਰਵ ਨਾ ਰਵੇ। ਗਿਆਨੀ ਦਿਲਬਾਗ ਸਿੰਘ ਨੇ ਇੰਨੇ ਬਚਨ ਕਿਉਂ ਕਹੇ ਹਨ, ਜੋ ਲਿਖਿਆ ਹੈ ਉਹ ਪੜ੍ਹ ਦਿੱਤਾ ਹੈ। ਗੁਰਮੁਖ ਮਨ ਮੁਖ ਬਾਹਰਾ, ਲਾਤੋ ਲਾਵਾ ਲਾਏ ਬੁਝਾਈ, ਲਾਉਣ ਬੁਝਾਉਣ ਤੇ ਲੱਗਾ ਰਹਿੰਦਾ ਹੈ ਮਨਮੁਖ ਸਰਪ। ਮਨਮੁਖ ਨੂੰ ਸੱਪ ਦਾ ਦਰਜਾ ਦਿੱਤਾ ਹੈ, ਉਹ ਵੀ ਇੱਕ ਮੂੰਹ ਵਾਲਾ ਨਹੀਂ, ਦੋ ਮੂੰਹਾਂ ਵਾਲਾ ਸੱਪ, ਦੋ ਮੂੰਹਾਂ ਵਾਲਾ ਸੱਪ। ਇੱਧਰ ਵੀ ਫੂਕਾਂ ਮਾਰਦਾ ਹੈ, ਉੱਧਰ ਵੀ ਫੂਕਾਂ ਮਾਰਦਾ ਹੈ, ਇੱਧਰ ਵੀ ਤੜਫਾ ਮਚਾਉਂਦਾ ਹੈ, ਉੱਧਰ ਵੀ ਤੜਫਾ ਮਚਾਉਂਦਾ ਹੈ, ਪਰ ਨਾਮ ਨਹੀਂ ਜਪਦਾ, ਟਿਕਦਾ ਨਹੀਂ। ਤੇ ਸਵੇ ਹੋ ਵਾਤ ਕੁਲਾਤ, ਮਨ ਉਹਦੇ ਅੰਦਰ ਜ਼ਹਿਰ ਹੈ, ਅੰਦਰ ਗਣਤੀ ਤਾਤ ਪਰਾਈ, ਅੰਦਰ ਤਾਤ ਪਰਾਈ ਹੈ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪੜ੍ਹ ਲੈਣਾ। ਸਿਰ ਚਿੱਥੇ ਵਿਹੋ ਬਾਣ ਨ ਜਾਈ, ਦੋਵੇਂ ਸਿਰ ਵੀ ਇਹਦੇ ਚਿੱਥੇ ਜਾਣ, ਸਿਰ ਚਿੱਥੇ ਵਿਹੋ ਬਾਣ ਨ ਜਾਈ, ਮਰ ਜਾਵੇ ਸਿਰ ਉਧਰਲਾ ਵੀ ਚਿੱਥਿਆ ਜਾਵੇ, ਉਧਰਲਾ ਵੀ ਚਿੱਥਿਆ ਜਾਵੇ। ਮਨ ਮੁਖ ਦੋ ਮੂਹੇ ਸੱਪ ਦਾ, ਤਾਂ ਵੀ ਅੰਦਰੋਂ ਜ਼ਹਿਰ ਨਹੀਂ ਜਾਂਦੀ, ਨਹੀਂ ਜਾਂਦੀ। ਪਿਆਰਿਓ, ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਵਾਰ ਸੀ, ਪੌੜੀ ਅੱਠਵੀਂ ਸੀ, ਵਾਰ 33ਵੀਂ ਸੀ, ਭਰਮ ਭੁਲੇਖੇ ਤੁਸੀਂ ਆਪ ਵੀ ਪੜ੍ਹ ਕੇ ਕੱਢ ਲੈਣਾ। ਜੇ ਕਿਧਰੇ ਦਾਸ ਕੋਲੋਂ ਕਥਾ ਕਰਦੇ ਹਾਂ, ਭੁੱਲ ਹੋਈ ਹੈ, ਹੋ ਹੀ ਜਾਂਦੀਆਂ ਨੇ ਭੁੱਲਾਂ, ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦਾਸ ਦਿਲਬਾਗ ਸਿੰਘ ਸੇਵਾਦਾਰ, ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਆਪ ਜੀ ਤੋਂ ਖਿਮਾ ਮੰਗਦਾ ਹੈ। ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ, ਤੁਕਲਾ ਕੰਨਾ ਅੱਖਰ ਅੱਗੇ ਪਿੱਛੇ ਪੜ੍ਹਿਆ ਗਿਆ ਹੈ, ਅੱਖਰ ਵੱਧ ਕਾਢਾ ਆਖਿਆ ਗਿਆ ਹੈ। ਗੁਰਬਾਣੀ ਪੜ੍ਹਦੇ ਹਾਂ, ਵਾਰ ਪੜ੍ਹਦੇ ਹਾਂ, ਬੋਲਦੇ ਹਾਂ, ਮਨਮੁਖ ਸਰਪ ਦੀ ਕਥਾ ਕਰਦੇ ਹਾਂ, ਜਿਵੇਂ ਆਪ ਜੀ ਨੇ ਕਰਵਾਈ ਹੈ ਤਿਵੇਂ ਕਰ ਦਿੱਤੀ ਹੈ। ਮੈਨੂੰ ਬਖਸ਼ ਦਿਓ,
ਬਖਸ਼ ਦਿਓ, ਮੇਰੇ ਸਤਿਗੁਰੂ ਜੀ ਮੈਨੂੰ ਬਖਸ਼ ਦਿਓ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮੇਰੀਆਂ ਭੁੱਲਾਂ ਖਿਮਾ ਕਰ ਦਿਓ। ਜਿੰਨੀ ਵੀ ਸਾਧ ਸੰਗਤ ਹੈ ਰੱਬ ਦਾ ਰੂਪ ਹੈ, ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣਾ। ਵਾਰ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਪੜ੍ਹਦੇ ਹਾਂ, ਤੁਕ ਲਾ ਕੰਨਾ ਅੱਗੇ ਪਿੱਛੇ ਪੜ੍ਹਿਆ ਗਿਆ ਹੈ, ਖਿਮਾ ਕਰ ਦਿਓ ਸਾਧ ਸੰਗਤ, ਖਿਮਾ ਕਰ ਦਿਓ। ਮੈਂ ਸੁਣਿਆ ਹੈ ਜੇ ਸਾਧ ਸੰਗਤ ਖਿਮਾ ਕਰ ਦੇਵੇ, ਵਾਹਿਗੁਰੂ ਜੀ ਵੀ ਖਿਮਾ ਕਰ ਦਿੰਦੇ ਹਨ। ਜਿਹੜਾ ਕਿਤੇ ਵੀ ਨਾ ਬਖਸ਼ਿਆ ਜਾਵੇ, ਜਦੋਂ ਉਹ ਸਾਧ ਸੰਗਤ ਵਿੱਚ ਆ ਜਾਂਦਾ ਹੈ, ਬਖਸ਼ਿਆ ਜਾਂਦਾ ਹੈ। ਸਾਰੀ ਦੁਨੀਆਂ ਵਾਸਤੇ ਅਰਦਾਸ ਬੇਨਤੀ ਹੈ, ਸਾਰਿਆਂ ਘਰਾਂ ਵਿੱਚ, ਪਰਿਵਾਰਾਂ ਵਿੱਚ, ਸਾਰਿਆਂ ਦੇ ਬਾਲ ਬੱਚਿਆਂ ਵਿੱਚ ਸਤਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਬਾਜਾਂ ਵਾਲੇ ਸਤਿਗੁਰੂ ਜੀ, ਕਲਗੀਆਂ ਵਾਲੇ ਸਤਿਗੁਰੂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਸਿਰਜਣਹਾਰ ਅਕਾਲ ਪੁਰਖ ਜੀ, ਸੁੱਖ ਵਰਤਾਓ, ਸੁੱਖ ਵਰਤਾਓ। ਜਿੱਥੇ ਜਿੱਥੇ ਵੀ ਕਿਸੇ ਦੇ ਬਾਲ ਬੱਚੇ ਹਨ, ਸਤਿਗੁਰੂ ਜੀ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ। ਗੁਰਮੁਖਤਾਈ ਵਾਲਾ ਜੀਵਨ ਬਖਸ਼ਿਸ਼ ਕਰਨਾ, ਹਰ ਜੀ ਦਾ ਮੁਖੜਾ ਵਾਹਿਗੁਰੂ ਜੀ ਆਪਣੇ ਵੱਲ ਰੱਖਣਾ, ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਵੱਲ ਰੱਖਣਾ, ਸੁਭਾਅ ਜਿਹੜਾ ਹੈ ਮਨਮੁਖ ਨਾ ਬਣ ਜਾਵੇ, ਮਨਮੁਖ ਨਾ ਬਣ ਜਾਵੇ। ਚੁਗਲੀ ਤੋਂ, ਨਿੰਦਾ ਤੋਂ ਵਾਹਿਗੁਰੂ ਜੀ ਇਸ ਮਨ ਨੂੰ ਦੂਰ ਰੱਖਣ ਦੀ ਕਿਰਪਾਲਤਾ ਕਰਨੀ। ਅਰਦਾਸ ਹੈ, ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ, ਤਰਲਾ ਹੈ, ਮਿੰਨਤ ਹੈ, ਜੋਦੜੀ ਹੈ, ਤੁਸਾਂ ਦੇ ਹੁਕਮ ਹਨ, ਕਰ ਮਿੰਨਤ ਕਰ ਜੋਦੜੀ, ਜੋਦੜੀ ਹੈ ਸਤਿਗੁਰੂ ਜੀ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ। ਗੁਰਬਾਣੀ ਵਿਚਾਰ ਲੀਡਸ ਯੂਕੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ, ਜਦ ਤੱਕ ਜ਼ਿੰਦਗੀ ਹੈ ਸਵਾਸ ਹਨ, ਸਤਿਗੁਰੂ ਜੀ ਸੇਵਾ ਲੈਂਦੇ ਰਹਿਣਾ, ਤਰਲਾ ਹੈ, ਮਿੰਨਤ ਹੈ ਆਪ ਜੀ ਦੇ ਚਰਨਾਂ ਵਿੱਚ। ਦੇਹ ਅਨਿੱਤ ਨਾ ਨਿੱਤ ਰਹੇ, ਨਾ ਇਹ ਦੇਹ ਸਦਾ ਰਹਿਣੀ ਹੈ, ਮਨ ਨੇ ਹੋਰ ਕਿਤੇ ਚਲਾ ਜਾਣਾ ਹੈ, ਤਨ ਨੇ ਹੋਰ ਕਿਤੇ ਚਲਾ ਜਾਣਾ ਹੈ। ਸਤਿਗੁਰ ਜੀ ਜਿੰਨਾ ਚਿਰ ਇਹ ਦੋਵੇਂ ਇਕੱਠੇ ਹਨ, ਆਪਣੇ ਚਰਨਾਂ ਦੇ ਨਾਲ ਜੋੜ ਲਓ, ਚਰਨਾਂ ਦੇ ਨਾਲ ਜੋੜ ਲਓ, ਚਰਨਾਂ ਦੇ ਨਾਲ ਜੋੜ ਲਓ, ਸ਼ਬਦ ਦੇ ਨਾਲ ਜੋੜ ਲਓ, ਜੋੜ ਲਓ, ਜੋੜ ਲਓ। ਇਹ ਸਾਰੀ ਸੇਵਾ ਯੂਟਿਊਬ ਨੇ ਕੀਤੀ ਹੈ, ਬੜੇ ਭਾਗਾਂ ਵਾਲੀ ਹੈ ਯੂਟਿਊਬ ਦੀ ਟੀਮ, ਜਿਨ੍ਹਾਂ ਦੇ ਹਿੱਸੇ ਇਹ ਗੁਰਬਾਣੀ ਵਾਲਾ ਪਾਸਾ ਆਇਆ ਹੈ। ਦੋਵੇਂ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਜਿੰਨੀ ਵੀ ਯੂਟਿਊਬ ਦੀ ਟੀਮ ਹੈ, ਇਹ ਜਿਹੜੀ ਸਾਈਡ ਹੈ ਗੁਰਬਾਣੀ ਵਾਲੀ, ਇਹਨਾਂ ਦੇ ਸਿਰ ਤੇ ਬਾਬਾ ਜੀ ਮਿਹਰ ਭਰਿਆ ਹੱਥ ਰੱਖਣਾ। ਸਾਰੀ ਯੂਟਿਊਬ ਦੀ ਟੀਮ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਇਹਨਾਂ ਦੇ ਬਾਲ ਬੱਚਿਆਂ ਨੂੰ, ਇਹਨਾਂ ਦੇ ਘਰਾਂ ਪਰਿਵਾਰਾਂ ਵਿੱਚ ਵੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ। ਸਤਿਗੁਰ ਜੀ ਸਦਾ ਆਪਣਾ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ। ਆਲ ਵਰਲਡ ਦੇ ਵਿੱਚ ਪਵਿੱਤਰ ਪਾਵਨ ਗੁਰਬਾਣੀ ਦਾ ਮੈਸੇਜ ਭੇਜ ਦਿੰਦੇ ਹਨ, ਵਾਹਿਗੁਰੂ ਜੀ ਇਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ। ਗੂਗਲ ਵਾਲਿਆਂ ਦਾ ਵੀ ਭਲਾ ਕਰਨਾ ਬਾਬਾ ਜੀ, ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਉਹਨਾਂ ਨੇ ਵੀ ਸਾਈਟ ਦਿੱਤੀ ਹੋਈ ਹੈ, ਵਾਹਿਗੁਰੂ ਜੀ ਉਹਨਾਂ ਨੂੰ ਵੀ ਚੜ੍ਹਦੀਆਂ ਕਲਾ ਵਿੱਚ ਰੱਖਣਾ। ਹਮੇਸ਼ਾ ਸਤਿਗੁਰ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ ਜੀ। ਆਲ ਵਰਲਡ ਵਿੱਚ ਜਿੰਨਾ ਵੀ ਜਗਤ ਤੁਸਾਂ ਨੂੰ ਮੰਨਣ ਵਾਲਾ ਹੈ, ਸਤਿਗੁਰ ਜੀ ਜਿੱਥੇ ਜਿੱਥੇ ਵੀ ਸਾਧ ਸੰਗਤ ਵਸ ਰਹੀ ਹੈ,
ਬਾਬਾ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰੋ ਜੀ। ਤੁਸੀਂ ਵੱਡੇ ਕਿਰਪਾਲੂ ਹੋ, ਕਿਰਪਾ ਨਿਦਾਨ ਹੋ, ਕਿਰਪਾ ਨਿਧ ਹੋ ਦਾਤਾਰ ਪਾਤਸ਼ਾਹ ਜੀ, ਸਾਰੇ ਸੰਸਾਰ ਦਾ ਭਲਾ ਕਰ ਦੇਣ ਦੀ ਕਿਰਪਾਲਤਾ ਕਰ ਲੋ। ਬਾਬਾ ਜੀ ਬੜਾ ਸੰਸਾਰ ਦੁਖੀ ਹੈ, ਆਪ ਜੀ ਦੇ ਹੁਕਮ ਹਨ ਨਾਨਕ ਦੁਖੀਆ ਸਭ ਸੰਸਾਰ, ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਹਰ ਹਿਰਦਾ ਤੁਹਾਡਾ ਗੁਣ ਗਾਉਂਦਾ ਰਵੇ, ਹਰ ਹਿਰਦਾ ਆਖਦਾ ਰਵੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਜਗਤ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸਤਿਗੁਰ ਜੀ, ਇਹ ਜਗਤ ਤੁਹਾਡਾ ਆਪਣਾ ਹੈ, ਸਾਰਿਆਂ ਹਿਰਦਿਆਂ ਵਿੱਚ ਤੁਸੀਂ ਆਪ ਹੀ ਵਸ ਰਹੇ ਹੋ, ਤੁਹਾਡੇ ਹੁਕਮ ਹਨ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਬਾਬਾ ਜੀ ਤੁਹਾਡਾ ਆਪਣਾ ਵਾਸ ਹੈ ਸਾਰਿਆਂ ਦੇ ਵਿੱਚ, ਬਾਬਾ ਜੀ ਸਾਰਿਆਂ ਨੂੰ ਸੁੱਖ ਦਿਓ, ਸੁੱਖ ਦਿਓ, ਸੁੱਖ ਦਿਓ। ਤੁਹਾਡੇ ਦਰ ਤੇ ਧੰਨ, ਗੁਰੂ ਨਾਨਕ ਸਾਹਿਬ ਜੀ ਰਾਤ ਦਿਨੇ ਗੁਰੂ ਘਰਾਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਹੈ, ਆਪਣੀ ਰਸਨਾ ਦੇ ਨਾਲ ਆਖ ਰਹੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।